अफसर करप्शन करने तो डर रहा है, उन्हें डर लगता है कि उत्ते सरदार भगवंत सिंह मान की सरकार है, उपर आम आदमी पार्टी की सरकार है। इस टाइम हर बंदा डर रहा जी, मेरे हल्के दे अफसर एक हाथ खड़ा करके कह दवे भी किसे तो अद्धा पैसा लेके उन्हें लाया होवे, किसे ना महीना हफ्ता बनिया होवे, अनमोल गगन मान उस टाइम सियासत छड़ दूगी। अज तक कोई भी सियासतदान पंजाब का दस दो जिहड़ा ये काम किए बगैर अफसर तो जो महीना हफ्ता तुसी लाओगे उन्होंने लोगों को कढ़ना। असी महीना हफ्ता नहीं लेंदे ना अफसर लाने के लिए, जिते पहला करोड़ों रुपया चलते सी। कभी भी मैं औरतों को सारिया कहनी हाँ कि अपने हकों लिए खड़ो, लड़ो, होरां लिए मिसाल बनो। अपने तुसी बच्चे छड़ गए, मैनू पता औखी होनी बचेरी जिहड़ी 8 साल की घरेलू हिंसा बर्दाश्त कर रही सी। हमेशा जे तुसी उहदे खिलाफ़ आवाज़ चकते, होरां लई अपनी जान भी ना गवाउंदे, होरां लई प्रेरणा स्रोत भी बनते। नौजवान सी, सारी जिंदगी मूहरे पई सी, किसी बंदे की माड़ी सोच करके खुद नूं ना मारो। टाइम सिर रहिंदा जे तुहानूं पता लग गया कि जिहड़ा बंदा ਉਹ ਘਰੇਲੂ ਹਿੰਸਾ ਕਰ ਰਿਹਾ, ਪਹਿਲਾਂ ਤਾਂ ਉਹ ਫਿਰ ਇਨਸਾਨ ਹੈ ਨਹੀਂ, ਹੈ ਨਾ ਜੀ। ਉਹ ਇਹ ਭੁੱਲ ਗਿਆ ਵੀ ਅਸੀਂ ਕਿਸ ਧਰਤੀ ਉੱਪਰ ਜਨਮ ਲਿਆ, ਇੱਥੇ ਜਿਹੜੇ ਸੂਰਮੇ ਹੋਏ ਨੇ, ਇੱਥੇ ਜਿਹੜੇ ਸਾਡੇ ਕਿੱਦਾਂ ਦੀ ਕੁਰਬਾਨੀਆਂ ਦੀ ਧਰਤੀ ਹੈ, ਇੱਥੇ ਕੀ ਇਹਦਾ ਇਤਿਹਾਸ ਆ, ਔਰਤਾਂ ਨੂੰ ਕੀ ਮਹੱਤਤਾ ਦਿੱਤੀ ਜਾਂਦੀ ਹੈ। ਸੋ ਔਰਤਾਂ ਨੂੰ ਖੜਾ ਹੋਣਾ ਪੈਣਾ, ਖੁਦ ਜਿਹੜਾ ਮਜ਼ਬੂਤ ਹੋਣਾ ਪੈਣਾ। ਜਦੋਂ ਤੁਸੀਂ ਔਰਤ ਉੱਤੇ ਅੱਤਿਆਚਾਰ ਉਦੋਂ ਹੀ ਹੁੰਦਾ ਜੀ ਜਦੋਂ ਵਾਰ ਵਾਰ ਝੱਲਣਾ ਸ਼ੁਰੂ ਕਰ ਦਿੰਦੀ ਹੈ, ਫਿਰ ਜਿਹੜਾ ਹੱਥ ਉਹ ਜ਼ਿਆਦਾ ਉੱਠਦਾ, ਜਦੋਂ ਉਹਦੀ ਬਰਦਾਸ਼ਤ ਕਰਨ ਦੀ ਹੱਦ ਵੱਧ ਜਾਂਦੀ ਹੈ ਉਦੋਂ ਉਹ। ਸੋ ਪਹਿਲੀ ਵਾਰ 'ਚ ਹੀ ਆਵਾਜ਼ ਚੁੱਕੀ। ਨਸ਼ੇ 'ਤੇ ਸਰਕਾਰ ਨੇ ਬਹੁਤ ਸਖਤੀ ਨਾਲ, ਸੀਐਮ ਸਾਹਿਬ ਨੇ, ਭਗਵੰਤ ਮਾਨ ਜੀ ਨੇ ਇੱਕ ਇੱਕ ਹਲਕੇ ਦੇ MLA ਨੂੰ ਬੁਲਾ ਕੇ, ਸੰਬੰਧਿਤ ਅਫਸਰਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਆ ਅਤੇ ਵਾਰਨਿੰਗ, ਪੂਰੀ ਸਖਤ ਹਦਾਇਤਾਂ ਦਿੱਤੀਆਂ ਵੀ ਜਿਹੜਾ ਕਨੈਕਸ਼ਨ ਆ ਉੱਪਰੋਂ ਤੱਕ ਸਾਰੇ ਜਾਲ ਨੂੰ, ਨਸ਼ੇ ਦੇ ਨੂੰ ਤੋੜੋ। ਸਰਕਾਰ ਪੂਰੇ ਐਕਸ਼ਨ ਦੇ ਵਿੱਚ ਆ, ਪਰ ਹੁਣ ਕਰਦੇ ਕਰਦੇ ਜਿਹੜਾ ਸਾਰਾ ਕੁਛ ਆ ਕੰਮ ਨਿਬੜ ਜਾਣਾ। ਆਮ ਆਦਮੀ ਜਦੋਂ ਸੱਤਾ ਵਿੱਚ ਆਈ ਆ ਤਾਂ ਕਹਿ ਰਹੀ ਸੀ ਕਿ ਆਪਾਂ ਸਿਸਟਮ ਬਦਲਾਂਗੇ। ਇਹ ਸਿਸਟਮ ਕਦੋਂ ਬਦਲੂਗਾ? ਕਿਉਂਕਿ ਪਹਿਲਾਂ ਹਾਲਾਤ ਇਹ ਸੀਗੇ ਕਿ ਲੋਕਾਂ ਨੂੰ MLA ਦੇ ਘਰਾਂ ਤੱਕ ਕੋਠੀਆਂ 'ਚ ਜਾਣਾ ਪੈਂਦਾ ਸੀਗਾ, ਹੁਣ ਪਾਰਟੀ ਨੇ ਦਫ਼ਤਰ ਖੋਲ੍ਹਤੇ ਡਿਸਟ੍ਰਿਕਟ ਹੈੱਡਕੁਆਰਟਰ ਦੇ, ਉੱਥੇ ਜਾਣਾ ਪੈ ਰਿਹਾ। ਸਿਸਟਮ ਕਦੋਂ ਸੁਧਰੂਗਾ? ਕਿੰਨਾ ਟਾਈਮ ਪਾਰਟੀ ਨੂੰ ਚਾਹੀਦਾ ਜਾਂ ਸਰਕਾਰ ਨੂੰ ਕਿੰਨਾ ਟਾਈਮ ਚਾਹੀਦਾ ਕਿ ਲੋਕਾਂ ਦੇ ਕੰਮ ਸਿੱਧੇ ਹੋ ਜਾਣ? ਮੈਮ ਮਤਲਬ ਤੁਸੀਂ ਇਹ ਮੰਗ ਕਰ ਰਹੇ ਹੋ ਵੀ ਦਫ਼ਤਰ ਬੰਦ ਕਰ ਦਿੱਤੇ ਜਾਣ? ਨਹੀਂ ਨਹੀਂ, ਮੈਂ ਦਫ਼ਤਰ ਬੰਦ ਜਾਂ ਖੋਲ੍ਹਣ ਦੇ ਬਾਰੇ ਦਫ਼ਤਰ ਖੋਲ੍ਹਣੇ ਕਹਿ ਰਿਹਾ ਕਿ ਸਿਸਟਮ ਕਦੋਂ ਸੁਧਰੂਗਾ ਕਿ ਤੁਹਾਡੇ ਕੋਲ ਹੀ ਆਉਣਾ ਪੈਂਦਾ ਲੋਕਾਂ ਨੂੰ? ਸਰਕਾਰ ਆਮ ਆਦਮੀ ਪਾਰਟੀ ਦੀ ਆ, ਆਮ ਆਦਮੀ ਪਾਰਟੀ ਸਿਸਟਮ ਬਦਲਣ ਦੀ ਗੱਲ ਕਰਕੇ ਆਈ ਸੀਗੀ ਸੱਤਾ ਵਿੱਚ, ਹਜੇ ਵੀ ਦੇਖੋ ਜਿਹੜੀ ਨੇਤਾਵਾਂ ਦੇ ਦਫ਼ਤਰਾਂ 'ਚ ਹੀ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਆ, ਦਫ਼ਤਰਾਂ 'ਚ ਕੰਮ ਕਿਉਂ ਹੁੰਦਾ? ਮੈਂ ਤੁਹਾਡੀ ਭਾਵਨਾ ਅਤੇ ਤੁਹਾਡਾ ਗੁੱਸਾ ਅਤੇ ਤੁਹਾਡੇ ਚਿਹਰੇ ਉੱਤੇ ਜਿਹੜਾ ਰੋਹ ਪਿਆ ਉਹ ਮੈਂ ਸਮਝ ਰਹੀ ਹਾਂ, ਵੀ ਉਸ ਚੀਜ਼ ਦਾ ਮੈਂ ਸਤਿਕਾਰ ਕਰਦੀ ਹਾਂ। ਆਮ ਆਦਮੀ ਪਾਰਟੀ, ਪਹਿਲੀ ਗੱਲ ਇਹ ਹੈ ਜੀ, ਤਹਿਸੀਲਾਂ ਦੇ ਵਿੱਚ ਜਿਹੜੇ ਹਾਲਾਤ ਆ ਉਹ ਬਦਲ ਗਏ ਨੇ। ਅਫਸਰ ਕਰਪਸ਼ਨ ਕਰਨ ਤੋਂ ਡਰ ਰਿਹਾ, ਉਹਨੂੰ ਡਰ ਲੱਗਦਾ ਕਿ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ, ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਆ। ਇਸ ਟਾਈਮ ਹਰ ਬੰਦਾ ਡਰ ਰਿਹਾ ਜੀ, ਇੱਕ ਬੰਦਾ, ਇੱਕ ਅਫਸਰ ਹੱਥ ਖੜਾ ਕਰਕੇ ਕਹਿ ਦਵੇ, ਮੈਂ ਆਪਣੇ ਗੱਲ ਕਰਦੀ ਹਾਂ, ਚਲੋ ਮੇਰੇ ਹਲਕੇ ਦੇ ਅਫਸਰ ਇੱਕ ਹੱਥ ਖੜਾ ਕਰਕੇ ਕਹਿ ਦਵੇ ਵੀ ਕਿਸੇ ਤੋਂ ਅੱਧਾ ਪੈਸਾ ਲੈ ਕੇ ਉਹਨੂੰ ਲਾਇਆ ਹੋਵੇ, ਕਿਸੇ ਨਾਲ ਮਹੀਨਾ ਹਫ਼ਤਾ ਬੰਨਿਆ ਹੋਵੇ, ਅਨਮੋਲ ਗਗਨ ਮਾਨ ਉਸ ਟਾਈਮ ਸਿਆਸਤ ਛੱਡ ਦੂਗੀ। ਜਿਸ ਦਿਨ ਇੱਕ ਵੀ ਅਫਸਰ ਨੇ ਹੱਥ ਕੱਢ ਕੇ ਕਹਿ ਦਿੱਤਾ, ਅਤੇ ਅੱਜ ਤੱਕ ਕੋਈ ਵੀ ਸਿਆਸਤਦਾਨ ਪੰਜਾਬ ਦਾ ਦੱਸ ਦਿਓ ਜਿਹੜਾ ਇਹ ਕੰਮ ਕੀਤੇ ਬਗੈਰ ਅਫਸਰਾਂ ਤੋਂ ਜਦੋਂ ਮਹੀਨਾ ਹਫ਼ਤਾ ਤੁਸੀਂ ਲਓਗੇ ਉਹਨਾਂ ਨੇ ਲੋਕਾਂ ਤੋਂ ਕੱਢਣਾ। ਇਹ ਸਾਡੀ ਇਮਾਨਦਾਰੀ ਦਾ ਪਹਿਲਾ ਸਬੂਤ ਹੈ, ਇਹ ਬਦਲਾਅ ਦਾ ਪਹਿਲਾ ਸਬੂਤ ਹੈ ਕਿ ਅਸੀਂ ਅਫਸਰਾਂ ਤੋਂ ਪੈਸੇ ਨਹੀਂ ਲੈਂਦੇ, ਅਸੀਂ ਮਹੀਨਾ ਹਫ਼ਤਾ ਨਹੀਂ ਲੈਂਦੇ ਨਾ ਅਫਸਰ ਲਾਉਣ ਦੇ ਲਈ, ਜਿੱਥੇ ਪਹਿਲਾਂ ਕਰੋੜਾਂ ਰੁਪਈਆ ਚੱਲਦੇ ਸੀ ਅਸੀਂ ਬਿਨਾਂ ਕਿਸੇ ਕਰਪਸ਼ਨ ਤੋਂ ਇੱਕ ਅਫਸਰ ਨੂੰ ਲਾਇਆ। ਅਤੇ ਮੈਂ ਖੁੱਲ੍ਹ ਕੇ ਕਹਿੰਦੀ ਹਾਂ ਵੀ ਇਮਾਨਦਾਰੀ ਨਾਲ ਕੰਮ ਕਰੋ, ਹੁਣ ਤੁਹਾਡੇ 'ਤੇ ਕੋਈ ਰਾਜਨੀਤਿਕ ਪ੍ਰੈਸ਼ਰ ਨਹੀਂ। ਅਤੇ ਮੇਰਾ ਵੀਰ, ਇਹ ਗੱਲ ਕਹਿਣ ਨੂੰ ਨਾ ਬੰਦਾ ਇਮਾਨਦਾਰ ਹੋਣਾ ਚਾਹੀਦਾ ਤਾਂ ਹੀ ਕਹਿ ਸਕਦਾ, ਨਹੀਂ ਇਹ ਗੱਲ ਮੂੰਹ 'ਤੇ ਨਹੀਂ ਆ ਸਕਦੀ। ਇਹੀ ਬਦਲਾਅ ਦੀ ਨਿਸ਼ਾਨੀ ਹੈ ਕਿ ਲੀਡਰ ਪੈਸਾ ਖਾਣੋਂ ਹਟ ਗਏ, ਲੀਡਰ ਅਫਸਰਾਂ ਤੋਂ ਪੈਸੇ ਮੰਗਣੋਂ ਹਟ ਗਏ। ਹੁਣ ਥੱਲੇ ਸਿਸਟਮ ਨੂੰ ਵੀ ਕੋਆਪਰੇਟ ਕਰਨਾ ਪਊ। ਸਿਸਟਮ ਨੂੰ ਅਸੀਂ ਕਹਿ ਰਹੇ ਹਾਂ ਵੀ ਕੋਆਪਰੇਟ ਕਰਕੇ ਚੱਲੋ, ਪਹਿਲਾਂ ਨਾਲੋਂ ਸੁਧਾਰ ਆ, ਜਿਹੜੀ ਕਮੀ ਰਹਿ ਗਈ ਉਹ ਵੀ ਪੂਰੀ ਕਰ